ਰਾਗ ਦੀ ਗੰਧਾਰੀ ਮਹਿਲਾ ਚੌਥਾ। ਅਬ ਹਮ ਚੱਲੀ ਅਬ ਹਮ ਚੱਲੀ ਠਾਕੁਰ ਪੈਹਾਰ, ਅਬ ਹਮ ਚੱਲੀ ਠਾਕੁਰ ਪੈਹਾਰ, ਅਬ ਹਮ ਚੱਲੀ ਠਾਕੁਰ ਪੈਹਾਰ, ਅਬ ਹਮ ਚੱਲੀ ਠਾਕੁਰ ਜਬ ਹਮ ਸ਼ਰਣ ਪ੍ਰਭੂ ਕੀ ਆਈ, ਰਾਗ ਪ੍ਰਭੂ ਪਾਵੇ ਮਾਂ, 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 ਲੋਕਨ ਕੀ ਚਤੁਰਾਈ ਉਪਮਾ, ਲੋਕਨ ਕੀ ਚਤੁਰਾਈ ਉਪਮਾ, ਤੇ ਬਸੰਤਰ ਜਾਣ, ਤੇ ਬਸੰਤਰ ਜਾਣ, ਤੇ ਬਸੰਤਰ ਜਾਣ, ਯਾਰ ਤੇ ਬਸੰਤਰ ਜਾ, ਤੇ ਬਸੰਤਰ ਜਾ, ਲੋਕਨ ਕੀ ਚਤੁਰਾਈ ਉਪਮਾ, ਲੋਕਨ ਕੀ ਚਤੁਰਾਈ ਉਪਮਾ, ਤੇ ਬਸੰਤਰ ਜਾ,
ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਟਾ ਹਮ ਚੱਲੀ ਠਾਕੁਰ, ਠਾਕੁਰ ਮਤਲਬ ਰੱਬ ਜੀ, ਪੈ ਹਾਰ ਉਹਦੇ ਚਰਨਾਂ 'ਤੇ ਟੁਰ ਪਈਆਂ ਹਾਰ ਕੇ। ਜਬ ਹਮ ਜੇ ਟੁਰੇ ਹੀ ਨਹੀਂ ਆ ਤਾਂ ਜਬ ਤਾਂ ਆਏਗੀ ਨਹੀਂ ਗੱਲ। ਇਹ ਤਾਂ ਇੰਝ ਹੈ ਕਿ ਜਿਸ ਤਰ੍ਹਾਂ ਕੋਈ ਬੰਦਾ ਇੱਥੋਂ ਅੱਗੇ ਨੂੰ ਜਾ ਰਿਹਾ ਹੋਵੇ ਤਾਂ ਉਸਨੂੰ ਕਹੀਏ ਜਦੋਂ ਤੁਸੀਂ ਗਾਜ਼ੀਆਬਾਦ ਪਹੁੰਚੋਗੇ ਫਿਰ ਗਾਜ਼ੀਆਬਾਦ ਤੋਂ ਅੱਗੇ ਜਾ ਕੇ ਫਿਰ ਦੇਹਰਾਦੂਨ ਆਏਗਾ। ਪਰ ਜਿਹੜਾ ਬੰਦਾ ਗਾਜ਼ੀਆਬਾਦ ਪਹੁੰਚ ਗਿਆ ਤਾਂ ਕਹੇਗਾ ਨਾ, ਅੱਛਾ ਜਬ ਮੈਂ ਗਾਜ਼ੀਆਬਾਦ ਪਹੁੰਚ ਜਾਊਂ ਫਿਰ ਮੇਰੇ ਕੋਲ ਕਹਾਂ ਜਾਣਾ ਹੈ। ਅਤੇ ਜਦੋਂ ਅੱਗੇ ਟੁਰੇਗਾ ਤਾਂ ਉਹ ਦੱਸੇਗਾ ਨਾ ਵਾਟ ਇਜ਼ ਹੈਪਨਿੰਗ। ਪਰ ਜਿਹੜਾ ਗਾਜ਼ੀਆਬਾਦ ਤੱਕ ਵੀ ਨਾ ਜਾਏ, ਇੱਥੇ ਬੈਠਾ ਬੈਠਾ ਹੀ ਉਹ ਜਬ ਹਮ ਨਹੀਂ ਕਹਿ ਸਕਦਾ। ਬੜੀ ਸਿੰਪਲ ਜੀ ਅਵਸਥਾ ਗੁਰੂ ਪਾਤਸ਼ਾਹ ਸਮਝਾ ਰਹੇ ਨੇ। ਕਹਿ ਰਹੇ ਨੇ ਜਦੋਂ ਮੈਂ ਹਾਰ ਕੇ ਦੁਨੀਆ ਦੇ ਸਾਰੇ ਤਰੀਕੇ ਅਪਣਾਉਣ ਤੋਂ ਬਾਅਦ ਅਸ਼ਾਂਤੀ ਵਿੱਚ ਰਹੀ, ਬੇਚੈਨ ਰਹੀ, ਰੱਬ ਨਾਲ ਅਤੇ ਰੱਬ ਦੇ ਇਸ ਸ੍ਰਿਸ਼ਟੀ ਦੇ ਮਨੁੱਖਾਂ ਨਾਲ ਡਿਸਹਾਰਮਨੀ ਰਹੀ, ਤਾਂ ਇਸ ਅਪਸੈਟ ਦੇ ਕਾਰਨ ਮੈਂ ਰੱਬ ਜੀ ਦੇ ਮਾਰਗ ਨੂੰ ਟੁੰਬਿਆ, ਉਹਨਾਂ ਦਾ ਬੂਹਾ ਖੜਕਾਇਆ। ਅਤੇ ਜਦੋਂ ਉਹਨਾਂ ਨੇ ਮੈਨੂੰ ਮਾਰਗ ਆਪਣਾ ਦੱਸਿਆ ਉਸ 'ਤੇ ਜਦੋਂ ਮੈਂ ਟੁਰੀ, ਜਬ ਹਮ ਸ਼ਰਨ ਪ੍ਰਭੂ ਕੀ ਆਏ, ਜਦੋਂ ਮੈਂ ਟੁਰਿਆ ਫਾਇਦਾ ਕੀ ਹੋਇਆ। ਅਸੀਂ ਤਾਂ ਟੁਰਦੇ ਹੀ ਨਹੀਂ ਹਾਂ, ਉਹਨੇ ਅਸੀਂ ਤਾਂ ਉਹਨੇ ਦੂਜਿਆਂ ਨੂੰ ਟੋੜਦੇ ਹਾਂ। ਇਸ ਮਾਰਗ 'ਤੇ ਚੱਲ ਕਰ ਦੇਖੋ, ਆਗੇ ਠੰਡੀ ਹਵਾ ਆਏਗੀ। ਤੇਰੇ ਕੋਲ ਲੱਗੀ ਠੰਡੀ ਹਵਾ? ਨਹੀਂ, ਮੇਰੇ ਕੋਲ ਤਾਂ ਅਭੀ ਮੈਂ ਚੱਲਾ ਹੀ ਨਹੀਂ ਹੂੰ, ਤੁਮਕੋ ਚਲਾ ਰਹਾ ਹੂੰ, ਦੇਖ ਕੇ ਆਓ। ਤੁਮ ਗਏ ਹੋ ਠੰਡੀ ਹਵਾ ਲੀ ਥੀ? ਨਹੀਂ, ਮੈਨੇ ਤਾਂ ਅਭੀ ਦੇਖਾ ਨਹੀਂ, ਸੁਣਾ ਹੀ ਹੈ। ਦੈਟ ਕਾਇੰਡ ਆਫ ਅਸੀਂ ਦੂਜਿਆਂ ਨੂੰ ਟੋੜਦੇ ਹਾਂ। ਪਰ ਗੁਰੂ ਪਾਤਸ਼ਾਹ ਸਾਨੂੰ ਕਹਿ ਰਹੇ ਨੇ ਅਬ ਹਮ ਫਸਟ ਪਰਸਨ ਦੀ ਲੈਂਗੁਏਜ 'ਚ, ਦੁਨੀਆ ਨੂੰ ਪੜ੍ਹਾਉਣ ਵਾਸਤੇ ਨਹੀਂ, ਦੁਨੀਆ ਨੂੰ ਪ੍ਰਚਾਰ ਕਰਨ ਵਾਸਤੇ ਨਹੀਂ, ਆਪਣੇ 'ਤੇ ਟੁਕਾਉਣ ਵਾਸਤੇ ਕਰਨੇ। ਜਦੋਂ ਮੈਨੂੰ ਹਾਰ ਕੇ ਸਤਿਗੁਰ ਦੇ ਮਾਰਗ 'ਤੇ, ਰੱਬ ਜੀ ਦੇ ਮਾਰਗ 'ਤੇ ਜਾਣਾ ਪਿਆ, ਅਤੇ ਉਸ 'ਤੇ ਜਦੋਂ ਮੈਂ ਹਾਰ ਕੇ ਫਾਈਨਲੀ ਤੋਬਾ ਕਰਨ ਤੋਂ ਬਾਅਦ ਟੁਰੀ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਸ਼ਰਨ ਦੇ ਰਾਣੇ ਨੂੰ ਸਿਆਰੀ ਹੈ, ਮੈਂ ਸ਼ਰਨ ਦੇ ਵਿੱਚ ਜਦੋਂ ਆ ਗਈ ਤਾਂ ਮੈਨੂੰ ਇੱਕ ਭਾਵਨਾ ਮੇਰੇ ਅੰਦਰ ਜਾਗੀ, ਤਾਂ ਮੇਰੇ ਅੰਤਰ ਆਤਮੇ ਵਿੱਚ ਇੱਕ ਬਲ ਪੈਦਾ ਹੋਇਆ ਕਿ ਰਾਖ ਪ੍ਰਭੂ ਭਾਵੇਂ ਮਾਰ। ਵਰਨਾ ਅਸੀਂ ਰਾਖ ਪ੍ਰਭੂ ਭਾਵੇਂ ਮਾਰ ਅਨੁਸਾਰ ਬਿਲਕੁਲ ਜੀਣਾ ਨਹੀਂ ਚਾਹੁੰਦੇ ਹਾਂ।
ਸਾਡੇ ਘਰਾਂ ਵਿੱਚ ਜ਼ਰਾ ਜੀ ਉੱਚੀ ਨੀਵੀਂ ਹੋ ਜਾਏ, ਸਾਨੂੰ ਕੋਈ ਸਾਧੂ ਬਾਬਾ, ਕੋਈ ਦੇਹਧਾਰੀ ਗੁਰੂ, ਕੋਈ ਲਾਚੀ, ਕੋਈ ਮੰਤਰ, ਕੋਈ ਗਿਣਤੀਆਂ ਦਾ ਪਾਠ, ਕੋਈ ਗਿਣਤੀਆਂ ਦੀ ਮਾਲਾ, ਕੋਈ ਗਿਣਤੀਆਂ ਨਾਲ ਕੋਈ 5 ਲੱਖ ਵਾਰੀ ਫਲਾਣਾ ਇਸ ਤਰੀਕੇ ਨਾਲ ਇੰਜ ਕਰ ਲਵੋ ਸਿਖਾਉਣ ਵਾਲਾ ਲੋੜ ਪੈ ਜਾਂਦਾ ਹੈ। ਜ਼ਰਾ ਜਿਹਾ ਸਾਡੇ ਘਰਾਂ ਵਿੱਚ ਕੁਛ ਹੋ ਜਾਏ, ਅਸੀਂ ਕੋਈ ਤਾਂਤਰਿਕ ਦੇ ਬੂਹੇ 'ਤੇ ਜਾਣਾ ਸ਼ੁਰੂ ਕਰ ਦਿੰਦੇ ਹਾਂ। ਜ਼ਰਾ ਜਿਹਾ ਸਾਡੇ ਘਰਾਂ ਵਿੱਚ ਕੁਛ ਹੋ ਜਾਏ, ਅਸੀਂ ਲਾਲ ਨੀਲੇ ਧਾਗੇ ਬੰਨ੍ਹਣੇ ਸ਼ੁਰੂ ਕਰ ਦਿੰਦੇ ਹਾਂ। ਸ਼ਰਨ ਨੂੰ ਅੱਜ ਫਿਰ ਐਕਸਪਲੇਨ ਕਰਨਾ ਪਏਗਾ ਤਾਂ ਕਿ ਅਸੀਂ ਆਪਣੇ ਸ਼ਬਦ ਵਿੱਚ ਅੱਗੇ ਟੁਰ ਸਕੀਏ ਕਿ ਸ਼ਰਨ ਦਾ ਮੈਨਾ ਕੀ ਹੁੰਦਾ ਹੈ। ਸ਼ਰਨ ਕੋਲੂ ਕਾ ਬੈਲ, ਬੈਲ ਜਦੋਂ ਟੁਰਦਾ ਹੈ ਤਾਂ ਉਸਦੇ ਗਰਦਨ ਦੇ ਉੱਤੋਂ ਇੱਕ ਡੰਡਾ ਕੋਲੂ ਖੂਹ ਦੇ ਵਿੱਚ ਬੰਨਿਆ ਹੁੰਦਾ ਹੈ, ਉਹ ਉਸ ਤਰ੍ਹਾਂ ਟੁਰਦਾ ਹੈ। ਜਦੋਂ ਬੈਲ ਟੁਰਦਾ ਹੈ ਤਾਂ ਇਹ ਇੱਕੋ ਲੀਹਾਂ ਉੱਤੇ ਟੁਰਦਾ ਜਾਂਦਾ ਹੈ ਗੋਲ ਗੋਲ। ਜੇ ਲੀਹਾਂ ਤੋਂ ਬਾਹਰ ਹੋ ਜਾਏ ਤੇਲ ਨਹੀਂ ਨਿਕਲ ਸਕਦਾ, ਜੇ ਲੀਹਾਂ ਉੱਤੇ ਟੁਰਦਾ ਰਹੇ। ਲੀਹਾਂ ਉੱਤੇ ਟੁਰਦਿਆਂ ਟੁਰਦਿਆਂ ਉਹ ਜਿਹੜੀ ਜ਼ਮੀਨ ਉੱਤੇ ਲੀਹਾਂ ਬਣ ਜਾਂਦੀਆਂ, ਲਕੀਰਾਂ ਬਣ ਜਾਂਦੀਆਂ ਨੇ, ਜਿਹੜੇ ਪਦ ਚਿੰਨ੍ਹ ਬਣ ਜਾਂਦੇ ਨੇ, ਜਿਹੜੀ ਪਗਡੰਡੀ ਬਣ ਜਾਂਦੀ ਹੈ, ਉਹਦੇ ਉੱਤੇ ਜਦੋਂ ਟੁਰਦਾ ਰਹਿੰਦਾ ਅਤੇ ਜਿਸ ਜ਼ਮਾਨੇ ਤੋਂ ਕੋਲੂ ਕਾ ਬੈਲ ਸ਼ੁਰੂ ਹੋਇਆ ਤਾਂ ਤੇਲ ਕੱਢਣ ਵਾਲਾ ਕੋਲੂ ਕਾ ਬੈਲ ਵਾਲਾ ਤੇਲੀ, ਉਸਦੇ ਲਫਜ਼ ਨੇ ਕਿ ਕੰਮ ਚੱਲ ਰਿਹਾ ਨਾ, ਹਾਂ ਬੈਲ ਸ਼ਰਨ ਮੇ ਹੈ ਕਿ ਬੈਲ ਆਪਣੇ ਉਸ ਪਦ ਚਿੰਨ ਉੱਤੇ ਚੱਲ ਰਿਹਾ, ਠੀਕ ਹੈ ਫਿਰ ਤੇਲ ਨਿਕਲ ਰਿਹਾ। ਬੈਲ ਨਿਯਮਾਂ ਅਨੁਸਾਰ ਉਸ ਪਗਡੰਡੀ ਉੱਤੇ ਟੁਰ ਰਿਹਾ ਤਾਂ ਤੇਲ ਨਿਕਲ ਰਿਹਾ। ਪਰ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਤੂੰ ਆਪਣਾ ਮਨ ਕਰ ਬੈਲ, ਸੁਰਤ ਕਰ ਪੈਂਡਾ, ਸਿਖਾਉਣਾ ਚਾਹੁੰਦੇ ਨੇ, ਪਰ ਅਸੀਂ ਤਾਂ ਗੁਰੂ ਸਾਹਿਬ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹਾਂ। ਅਦਰਵਾਈਜ਼ ਵੈਸੇ ਕੋਈ ਸਾਨੂੰ ਸੁਣਨ ਦੇਣ ਵਾਸਤੇ ਵੀ ਤਿਆਰ ਨਹੀਂ ਹੈ। ਸੱਚ ਦੀ ਵਿਚਾਰ ਕਰਨਾ ਬੜਾ ਮੁਸ਼ਕਿਲ ਹੈ, ਸੱਚ ਦੀ ਵਿਚਾਰ ਵਾਸਤੇ ਜੁੜ ਬੈਠਣਾ ਬਹੁਤ ਮੁਸ਼ਕਿਲ ਹੈ। ਕੁੜਿਆਰ ਦੀ ਵਿਚਾਰ ਜਿਤਨੀ ਮਰਜ਼ੀ ਕਰ ਲਈਏ, ਜਿੰਨੀ ਮਰਜ਼ੀ ਲੰਬੀ ਅਸੀਂ ਕਰ ਲਈਏ, ਪਰ ਸੱਚ ਦੀ ਵਿਚਾਰ ਦਾ ਸਮਾਂ ਕੱਢਣਾ ਬੜਾ ਬੋਰੀਅਤ ਲੱਗਦਾ ਹੈ, ਬੜਾ ਮੁਸ਼ਕਿਲ ਲੱਗਦਾ ਹੈ। ਦੁਨਿਆਵੀ ਜੋ ਕੁਛ ਵੀ ਕਾਰ ਵਿਹਾਰ ਅਸੀਂ ਕਰ ਰਹੇ ਹਾਂ ਉਹਦੇ ਵਿੱਚ ਸਾਨੂੰ ਅਸ਼ਾਂਤੀ ਮਿਲੇ ਦੈਨ ਵੀ ਆਰ ਫਾਈਨ, ਪਰ ਇਹਦੇ ਵਾਸਤੇ ਪਤਾ ਨਹੀਂ ਅਸੀਂ ਕਿੱਥੋਂ ਸਟੈਂਡਰਡ ਘੜ ਲਿਆ ਕਿ ਓਨਲੀ 60 ਮਿੰਟਸ, ਵੀਰ ਜੀ 60 ਮਿੰਟ ਮੈਂ ਭੋਗ ਪਾ ਦਿਆ ਕਰੋ, ਪਤਾ ਨਹੀਂ ਕਿੱਥੋਂ ਸਟੈਂਡਰਡ ਸੈੱਟ ਹੋਇਆ 60 ਮਿੰਟਸ। ਜੇ ਇੱਕ ਕੈਸੇਟਸ ਔਰ ਸੀ ਡੀਜ਼ 60 ਦੇ ਬਦਲੇ 50 ਦੀਆਂ ਬਣ ਜਾਂਦੀ, ਔਰ ਹੋ ਸਕਦਾ 50 ਦੇ ਬਦਲੇ ਸਿਰਫ 30 ਦੇ ਰਹਿ ਜਾਂਦੀ, ਤਾਂ ਅਸੀਂ ਕਹਿਣਾ ਸੀ ਬਾਕੀ ਜੀਵਨ ਜ਼ਿਆਦਾ ਕੀਮਤੀ ਹੈ, ਸਿਰਫ 30 ਮਿੰਟਸ ਮੈਂ ਵਿਚਾਰ ਕਰੋ। ਸਾਨੂੰ ਸੱਚ ਦੀ ਵਿਚਾਰ ਵਾਸਤੇ ਮੈਕਸੀਮਮ ਸਮਾਂ ਕੱਢਣਾ ਚਾਹੀਦਾ ਹੈ। ਮੈਂ ਸੋਚਦਾ ਕਿ ਰੋਜ਼ ਰੋਜ਼ 5-5, 10-10 ਘੰਟੇ ਦੇ ਸੈਮੀਨਾਰ ਹੋਣੇ ਚਾਹੀਦੇ ਨੇ, ਪਰ ਮੇਰੀ ਸੋਚ ਦੇ ਨਾਲ ਅੱਜ ਦੇ ਸਾਇੰਟਿਸਟ ਦੀ ਖੋਜ ਮਿਲਦੀ ਪਈ ਹੈ। ਜਪਾਨ ਅਤੇ ਅਮਰੀਕਾ ਦੇ ਸਾਇੰਟਿਸਟ ਖੋਜਦੇ ਪਏ ਨੇ ਕਿ ਦੁਨੀਆ ਇਤਨੀ ਅਪਸੈਟ ਹੈ, ਇਤਨੀ ਪ੍ਰੋਡਕਸ਼ਨ ਹੋਈ ਜਾ ਰਹੀ ਹੈ, ਇਤਨਾ ਸਭ ਕੁਝ ਵੱਧਦਾ ਜਾ ਰਿਹਾ, ਦੇਸ਼ ਦੀ ਇਕੋਨਮੀ ਤਾਂ ਵੱਧਦੀ ਜਾ ਰਹੀ ਹੈ, ਇਨਸਾਨ ਦੀ ਨੀਂਦਰ ਖਰਾਬ ਹੋ ਗਈ ਹੈ, ਇਨਸਾਨ ਦਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ, ਇਨਸਾਨ ਨੂੰ ਹਾਰਟ ਟ੍ਰਬਲ ਹੈ, ਇਨਸਾਨ ਦੀ ਬ੍ਰੇਨ ਹੈਮਰੇਜ ਹੈ, ਇਨਸਾਨ ਡਿਪਰੈਸ਼ਨ 'ਚ ਜਾ ਰਿਹਾ, ਅਤੇ ਇਤਨੇ ਪੈਸੇ ਨੂੰ ਕੀ ਕਰਨਾ, ਇਤਨੀ ਇਕੋਨਮੀ ਨੂੰ ਹਾਈ ਕਰਕੇ ਕਰਨਾ ਕੀ ਹੈ। ਤਾਂ ਅੱਜ ਉਹ ਇਹ ਕਹਿੰਦੇ ਪਏ ਨੇ ਵਰਕ ਫੋਰ 3 ਆਵਰਸ, ਬਟ ਵਾਟ ਵੀ ਡੂ, ਵੀ ਵਰਕ ਫੋਰ 18 ਆਵਰਸ।
ਐਂਡ ਵੀ ਡੂ ਨੋਟ ਵਰਕ ਫੋਰ ਗੁਰਮਤ ਲੈਣ ਵਾਸਤੇ ਈਵਨ ਫੋਰ 3 ਮਿੰਟਸ। ਸਾਨੂੰ ਕੋਈ 18 ਘੰਟੇ, ਵੀ ਆਰ ਹੈਪੀ, ਪੇਰੈਂਟਸ ਆਰ ਹੈਪੀ, ਪਬਲਿਕ ਇਜ਼ ਹੈਪੀ, ਹਸਬੈਂਡ ਵਾਈਫ ਇਜ਼ ਹੈਪੀ, ਮੁੰਡਾ ਕੰਮ ਲੱਗਾ ਹੋਇਆ ਹੈ, ਸ਼ੁਕਰ ਹੈ। ਪਰ ਸਾਇੰਟਿਸਟ ਅੱਜ ਖੋਜ ਰਹੇ ਨੇ ਡੋਂਟ ਵਰਕ ਮੋਰ ਦੈਨ 3 ਆਵਰਸ, ਕਿਉਂ? 3 ਘੰਟੇ ਨਾਲ ਤੇਰੀ ਰੋਟੀ ਨਿਕਲ ਜਾਏਗੀ। ਪਰ ਤੂੰ ਤਾਂ ਕਰਦਾ ਹੀ ਦੁਨੀਆ ਦੀ ਉਸਤਤ ਵਾਸਤੇ ਆ, ਜਿਤਨੀ ਮਰਜ਼ੀ ਉਸਤਤ ਕਰਾ ਲੈ, ਦੁਨੀਆ ਨੇ ਨਿੰਦਾ ਕਰਨੀ ਕਰਨੀ ਆ। ਇਹਦੇ 'ਚੋਂ ਤੈਨੂੰ ਚੈਨ ਪ੍ਰਾਪਤ ਨਹੀਂ ਹੋਏਗਾ, ਸਟੇਟਸ ਵੱਧ ਸਕਦਾ ਹੈ, ਉਹ ਤਾਂ ਦੁਨੀਆ ਵੀ ਹੈ। ਹਾਰ ਕੇ ਨਹੀਂ ਹੁਣੇ ਤੂੰ ਆਇਆ, ਹੁਣੇ ਉੱਥੋਂ ਆਸ ਹੈ ਸ਼ਾਂਤੀ ਮਿਲੇਗੀ, ਫਾਈਨ। ਜਬ ਹਮ ਸ਼ਰਣ ਪ੍ਰਭੂ ਕੀ ਆਈ, ਜਿਸ ਤਰ੍ਹਾਂ ਬੈਲ ਉਹਨਾਂ ਲੀਆਂ 'ਤੇ ਟੁਰਦਾ ਰਹਿੰਦਾ, ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਇਸ ਸਾਰੀ ਸ੍ਰਿਸ਼ਟੀ 'ਤੇ ਰੱਬ ਜੀ ਦੇ ਨਿਯਮ ਦੀਆਂ ਲਕੀਰਾਂ, ਰੱਬ ਜੀ ਦੇ ਨਿਯਮ ਦੇ ਪਦ ਚਿੰਨ੍ਹ, ਰੱਬ ਜੀ ਦੇ ਚਰਨ, ਸਤਿਗੁਰ ਦੇ ਚਰਨ, ਚਰਨ ਚਲੋ ਮਾਰੋ ਗੋਬਿੰਦ, ਇਸ ਸਾਰੀ ਸ੍ਰਿਸ਼ਟੀ ਵਿੱਚ ਸਭ ਜਗ੍ਹਾ ਹੈ। ਇਹ ਮਨੁੱਖ ਜੇ ਤੂੰ ਸੱਚ ਨਾਲ ਜੁੜਿਆ ਰਵੇਂ ਤਾਂ ਤੈਨੂੰ ਕਿਸੇ ਖਾਸ ਮੰਦਿਰ, ਮਸਜਿਦ, ਗੁਰਦੁਆਰੇ ਵਿੱਚ ਜਾ ਕੇ ਸ਼ਰਨ ਆਉਣਾ ਨਹੀਂ ਕਹਿਣਾ, ਬਲਕਿ ਤੈਨੂੰ ਸਮਝ ਆ ਜਾਏਗੀ ਰੱਬ ਜੀ ਸਭ ਜਗ੍ਹਾ ਮੌਜੂਦ ਨੇ, ਰੱਬ ਜੀ ਦਾ ਅਟਲ ਨਿਯਮ ਕਾਨੂੰਨ, ਦਾ ਲਾਜ਼ ਆਫ ਨੇਚਰ ਸਭ ਜਗ੍ਹਾ ਮੌਜੂਦ ਨੇ, ਬਲਿਹਾਰੀ ਕੁਦਰਤ ਵਸਿਆ, ਇਸ ਕਰਕੇ ਮੈਂ ਸੱਚ ਨਾਲ ਜੁੜੇ ਰਹਿਣਾ ਤਾਂ ਤੂੰ ਸ਼ਰਨ ਵਿੱਚ ਹੈ, ਸ਼ਰਨ ਵਿੱਚ ਹੈ। ਜਬ ਹਮ ਸ਼ਰਨ ਪ੍ਰਭੂ ਕੀ ਆਈ, ਜਦੋਂ ਮੈਂ ਹਾਰ ਕੇ ਸੱਚ ਦੇ ਮਾਰਗ 'ਤੇ ਟੁਰਨਾ ਸ਼ੁਰੂ ਕੀਤਾ ਤਾਂ ਮੈਨੂੰ ਇਹ ਬਲ ਆ ਗਿਆ, ਜੀ ਆਏ ਭਾਵੇਂ ਮਾਰ, ਇਸ ਕਰਕੇ ਮੈਨੂੰ ਸਰੈਂਡਰ ਕਰਨਾ ਆ ਗਿਆ। ਆਪ ਬਤਾਓ ਜੀ ਕੈਸੇ ਜੀਣਾ ਚਾਹੀਏ, ਇਹ ਸ਼ਬਦ ਦਾ ਰਾਹ ਹੈ। ਹੁਣ ਕਹਿੰਦੇ ਲੋਕਨ ਕੀ ਚਤਰਾਈ ਉਪਮਾ ਅਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਲੋਕਨ ਕੀ ਚਤਰਾਈ ਉਪਮਾ, ਤੈਨੂੰ ਹਰ ਵੇਲੇ ਐਵੇਂ ਲੋਕ ਮੇਰੀ ਵਾਹਵਾ ਕਰਨ, ਇਹਦੇ ਵਾਸਤੇ ਤਾਂ ਤੂੰ ਕਮਾਨਾ, ਇਹਦੇ ਵਾਸਤੇ ਹੀ ਤਾਂ ਤੈਨੂੰ ਬ੍ਰੈਂਡ ਨੇਮ ਦੇ ਕੱਪੜੇ ਪਾਉਣੇ ਪੈਂਦੇ ਨੇ, ਇਹਦੇ ਵਾਸਤੇ ਹੀ ਤਾਂ ਤੈਨੂੰ ਬ੍ਰੈਂਡ ਨੇਮ ਦੀ ਕਾਰ ਦਿਖਾਉਣੀ ਪੈਂਦੀ ਹੈ ਲੋਕਾਂ ਨੂੰ। ਤੁਸੀਂ ਕਦੀ ਨੋਟਿਸ ਕਰਨਾ ਜੇ ਤੁਹਾਡੇ 'ਚੋਂ ਕਿਸੇ ਨੂੰ ਇਸ ਤਰੀਕੇ ਨਾਲ ਹੋਇਆ ਕਿ ਨਹੀਂ ਹੋਇਆ, ਪਰ ਮੈਂ ਕਿਉਂਕਿ ਇਹ ਐਸੇ ਜੀਵਨ 'ਚੋਂ ਲੰਘਿਆ, ਆਪ ਆਪਣੇ 'ਤੇ ਟੁਕਾ ਕੇ ਕਹਿ ਰਿਹਾ, ਜਦੋਂ ਕੋਲ ਮਾਰੂਤੀ 800 ਕਾਰ ਹੈ ਨਾ ਤਾਂ ਜਿੱਥੇ ਮਰਜ਼ੀ ਪਾਰਕਿੰਗ ਕਰਾ ਦਿਓ, ਪਰ ਜਦੋਂ ਮਰਸਡੀਜ਼ ਔਰ BMW ਚਲਾਉਣੀ ਹੈ ਨਾ ਤਾਂ ਬਿਲਕੁਲ ਗੁਰਦੁਆਰੇ ਦੇ ਅੱਗੇ ਆ ਕੇ ਕਿਨਾਰੇ 'ਤੇ, ਪਾਰਟੀ ਜਿੱਥੇ ਆ ਉੱਥੇ ਅੱਗੇ ਅੱਗੇ ਲਾਉਣੀ ਹੈ, ਦੇਖਣ ਸਾਰੇ। ਲੋਕਨ ਕੀ ਚਤਰਾਈ ਉਪਮਾ, ਪੁੱਤਰ ਜੰਮਿਆ ਕਦੇ ਸਿੱਧਾ ਹੀ ਹੋਸਪਿਟਲ ਤੋਂ ਘਰ ਨਹੀਂ ਲਿਜਾਂਦੇ ਜਦੋਂ ਤੱਕ 2000 ਬੰਦਿਆਂ ਨੂੰ 10 ਨਾ ਲਈਏ। ਲੋਕਨ ਕੀ ਚਤਰਾਈ ਉਪਮਾ, ਹੁਣ ਵਧਾਈਆਂ ਜੋ ਲੈਣੀਆਂ ਤਾਂ ਪੁੱਤਰ ਵੇਲੇ 2000 ਬੰਦਿਆਂ ਨੂੰ ਦੱਸਣਾ, ਧੀ ਵੇਲੇ 2 ਨੂੰ ਵੀ ਦੱਸਣ ਵੇਲੇ ਕਹਿਣਾ ਲੱਛਮੀ ਆਈ ਹੈ ਬਸ, ਜਿਵੇਂ ਰੱਬ ਰੱਖੇ। ਲੋਕਨ ਕੀ ਚਤਰਾਈ ਉਪਮਾ ਤੋਂ ਡਰ ਲੱਗ ਰਿਹਾ ਨਾ, ਹੈ ਧੀ ਜੰਮੀ ਹੈ। ਲੋਕਨ ਕੀ ਚਤਰਾਈ ਉਪਮਾ ਕਰਕੇ ਹੀ ਮਕਾਨ ਬਣਾਉਂਦੇ ਹਾਂ, ਬਸ ਇੱਕ ਹੀ ਦੌੜ ਹੈ ਇਸ ਦੌਰ ਮੇ ਤੁਸੇ ਬੜਕਰ ਉੱਚੀ ਮੇਰੀ ਦੀਵਾਰ ਹੋ, ਲੋਕਾਂ ਨੂੰ ਦਿਖਾਉਣ ਵਾਸਤੇ ਮਕਾਨ ਬਣਾਉਂਦੇ ਹਾਂ। ਲੋਕਨ ਕੀ ਚਤਰਾਈ ਉਪਮਾ, ਲੋਕਾਂ ਨੂੰ ਵਿਖਾਉਣ ਵਾਸਤੇ ਆਪਣੇ ਧੀਆਂ ਪੁੱਤਰ ਦੇ ਰਿਸ਼ਤੇ ਕਰਦੇ ਹਾਂ ਉੱਚੇ ਘਰ ਵਿੱਚ, ਅਤੇ ਲੋਕਾਂ ਨੂੰ ਦਿਖਾਉਣ ਵਾਸਤੇ ਹੀ ਤਾਂ ਦਾਜ ਲੈਂਦੇ ਹਾਂ। ਲੋਕ ਕੀ ਕਹਿਣਗੇ, ਕੁਛ ਨਹੀਂ ਮਿਲਿਆ,
ਲੋਕ ਫਿਰ ਤਾਂ ਇਹ ਵੀ ਕਹਿ ਦੇਣਗੇ ਕਿ ਇਹਨਾਂ ਦੇ ਮੁੰਡੇ ਵਿੱਚ ਸ਼ਾਇਦ ਕੋਈ ਨੁਕਸ ਹੋਣਾ, ਤਾਂ ਹੀ ਘਟੀਆ ਘਰ ਤੋਂ ਕੁੜੀ ਲੈ ਆਏ ਨੇ। ਅੱਬ ਤਾਂ ਹੋਇਆ ਹੀ ਨਹੀਂ, ਇਸ ਕਰਕੇ ਜੱਬ ਸ਼ੁਰੂ ਹੀ ਨਹੀਂ ਹੋਇਆ। ਇਸੀ ਕਰਕੇ ਤਾਂ ਇਹ ਸਾਰੀਆਂ ਗੱਲਾਂ ਵਾਪਰੀਆਂ ਨੇ, ਕਿਸੇ ਪਾਸੇ ਤਾਂ ਟੁਰੀ ਹੈ, ਵਰਨਾ ਅਸੀਂ ਆਪ ਔਰ ਜੱਬ ਤੱਕ ਟੁਰੇ ਹੀ ਨਹੀਂ ਹਾਂ, ਸ਼ਰਨ ਪ੍ਰਭੂ ਕੀ ਆਏ ਨਹੀਂ ਹਾਂ, ਉਸ ਮਾਰਗ 'ਤੇ ਟੁਰੇ ਨਹੀਂ ਹਾਂ। ਤਾਂ ਇਸ ਕਰਕੇ ਸਾਡੇ ਮੈਕਸੀਮਮ ਕੇਸਿਸ ਬਣਦੇ ਨੇ, ਟੀ ਵੀ 'ਤੇ ਅਸੀਂ ਦੇਖਦੇ ਹਾਂ। ਇਹ ਪਿਛਲੇ ਹਫ਼ਤੇ ਦੀ ਨਿਊਜ਼ ਹੈ, ਮੁੰਡੇ ਵਾਲੇ ਗਏ ਨੇ ਤਾਂ ਉਹਨਾਂ ਨੇ ਆਪਣੀ ਦਾਜ ਪ੍ਰਥਾ ਦੀ ਮੰਗ ਨੂੰ ਮਨਵਾਉਣ ਵਾਸਤੇ ਨਾਜ਼ੁਕ ਵੇਲਾ ਲੱਭਿਆ ਕਿ ਜਦੋਂ ਲਾਵਾਂ ਹੋਣਗੀਆਂ ਉਸ ਤੋਂ ਪਹਿਲਾਂ ਮੰਗ ਕਰਾਂਗੇ, ਫਿਰ ਤਾਂ ਮੰਨਣਗੇ ਨਾ, ਇਤਨੇ ਲੱਖ ਦੋ ਰੀਏ ਵਾਲੀ ਕਾਰ ਦਿਉ। ਪਰ ਕੁੜੀ ਵਾਲੇ ਪ੍ਰੀਪੇਅਰਡ ਸੀ, ਉਹਨਾਂ ਨੇ ਮੁੰਡੇ ਨੂੰ, ਉਹਦੀ ਮਾਂ ਨੂੰ, ਉਹਨਾਂ ਦੇ ਸਾਰੇ ਟੱਬਰ ਨੂੰ ਕੁੱਟਿਆ ਸੀ, ਸਭ ਨੇ ਟੀਵੀ 'ਤੇ ਦੇਖਿਆ। ਇਟ ਹੈਪਨਡ, ਸਾਡੇ ਸਭ ਨਾਲ ਹੋ ਰਹੀ ਹੈ, ਕਿਉਂਕਿ ਅੱਬ ਔਰ ਜੱਬ ਹੋਇਆ ਨਹੀਂ ਹੈ, ਸ਼ਰਨ ਪ੍ਰਭੂ ਕੀ ਆਏ ਨਹੀਂ ਆ। ਇਸ ਕਰਕੇ ਜੀਆਂ ਇਹ ਭਾਵੇਂ ਮਾਰ ਦਾ ਡਰ ਹੈ, ਸਰੈਂਡਰ ਕੀਤਾ ਹੀ ਨਹੀਂ ਹੈ। ਲੋਕਨ ਕੀ ਚਤਰਾਈ ਉਪਮਾ ਦਾ ਸ਼ੌਂਕ ਹੈ, ਲੋਕ ਵਾਹ ਵਾਹ ਕਰਨ, ਲੋਕ ਕੀ ਕਹਿਣਗੇ। ਇੱਕ ਬੰਦੇ ਨੇ ਮੇਰੇ ਕੋਲੋਂ ਕਾਉਂਸਲਿੰਗ ਵੇਲੇ ਸਵਾਲ ਪੁੱਛਿਆ ਸੀ ਵੀ ਮੈਨੂੰ ਹਰ ਵੇਲੇ ਇਹ ਫਿਕਰ ਹੈ ਕਿ ਵੀ ਇੰਝ ਨਾ ਹੋ ਜਾਵੇ ਤਾਂ ਉਂਝ ਨਾ ਹੋ ਜਾਵੇ, ਇਹ ਖਤਮ ਹੋ ਜਾਏਗਾ। ਮੈਂ ਪ੍ਰੂਵ ਕਰਨਾ ਸੀ, ਮੈਂ ਦੱਸਣਾ ਸੀ ਕਿ ਵੀ ਮੈਂ ਆਪਣੇ ਪਰਿਵਾਰ 'ਚ ਇੰਝ ਹਾਂ, ਅਤੇ ਮੈਂ ਉਹਨੂੰ ਕਿਹਾ ਤੁਸੀਂ ਕਿਹਨੂੰ ਪ੍ਰੂਵ ਕਰਨਾ ਹੈ, ਤੁਸੀਂ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਣਾ ਕਿ ਮੈਂ ਸਭ ਤੋਂ ਫੰਨੇ ਖਾਂ ਪੁੱਤਰ ਪੈਦਾ ਹੋਇਆ, ਔਰ ਵਾਹ ਜੀ ਵਾਹ ਤੁਹਾਡੇ ਪੁੱਤਰ ਨੇ ਲਹਿਰਾਂ ਬਹਿਰਾਂ ਕਰ ਦਿੱਤੀਆਂ, ਐਸਾ ਪੁੱਤਰ ਕਿਸੇ ਦਾ ਦੇਖਿਆ ਨਹੀਂ। ਉਹ ਤੁਸੀਂ ਦੁਨੀਆ ਨੂੰ ਪ੍ਰੂਵ ਕਰਨ ਵਾਸਤੇ ਥਾਂ ਥਾਂ 'ਤੇ ਗੁੱਸੇ ਹੁੰਦੇ ਹੋ, ਉਹਦੇ ਵਾਸਤੇ ਤੁਹਾਨੂੰ ਥਾਂ ਥਾਂ 'ਤੇ ਪਤੀ ਪਤਨੀ ਬੱਚਿਆਂ 'ਤੇ ਰੋਜ਼ ਗੁੱਸਾ ਕਰਨਾ ਪੈਂਦਾ, ਉਹਦੇ ਵਾਸਤੇ ਜਗ੍ਹਾ ਜਗ੍ਹਾ ਤੁਹਾਨੂੰ ਝਗੜੇ ਕਰਕੇ ਕਮਾ ਕੇ ਲਿਆਉਣੇ ਪੈਂਦੇ ਨੇ, ਉਹਦੇ ਵਾਸਤੇ ਤੁਸੀਂ ਇਤਨੇ ਅਪਸੈਟ ਰਹਿੰਦੇ ਹੋ। ਇਹ ਚਤਰਾਈ ਸਿਆਣਪਾ ਕਿਤੇ ਕੰਮ ਨਾ ਆਈ, ਬੇਚੈਨ ਹੈ। ਇਸ ਕਰਕੇ ਹਾਰ ਜਾ, ਸਰੈਂਡਰ ਕਰ ਦੇ, ਸਤਿਗੁਰ ਦੇ ਮਾਰਗ 'ਤੇ ਲੈ ਆਪਣੇ ਆਪ ਨੂੰ। ਲੋਕਨ ਕੀ ਚਤਰਾਈ ਉਪਮਾ। ਅਤੇ ਜੇਕਰ ਇਸ ਦੁਨਿਆਵੀ ਜਿਹੜੀ ਦੌੜ ਭਾਜੀ 'ਚ ਅਸੀਂ ਲੱਗਿਆ, ਇਸ ਤੋਂ ਇਲਾਵਾ ਧਾਰਮਿਕ ਦੁਨੀਆ 'ਚ ਵੀ ਲੈ ਆਈਏ, ਤਾਂ ਇਹ ਸੋਚਦੇ ਹਾਂ ਕਿ ਲੋਕ ਬਸ ਮੇਰੀ ਵਾਹ ਵਾਹ ਕਰਦੇ ਨੇ, ਐਸਾ ਹੀ ਕੁਛ ਕਰਨਾ ਹੈ। ਜਿਸ ਜ਼ਰਾ ਜੇ ਸਿੱਕੇ ਦੇ ਚਲਾਉਣ ਦੇ ਨਾਲ ਲੋਕ ਮੈਨੂੰ ਵਾਹ ਵਾਹ ਕਰਦੇ ਨੇ, ਉਸ ਤੋਂ ਅੱਗੇ ਤਾਂ ਮੈਨੂੰ ਟੁਰਨਾ ਹੀ ਨਹੀਂ। ਮੈਨੂੰ ਸੋਹਣੀ ਅਰਦਾਸ ਕਰਨੀ ਆਉਂਦੀ ਹੈ, ਲੋਕ ਕਹਿੰਦੇ ਨੇ ਬਹੁਤ ਅੱਛੀ ਅਰਦਾਸ ਕਰਦਾ, ਚਲੋ ਖਤਮ, ਬਸ ਮੈਂ ਤਾਂ ਹੁਣ ਇਸ ਤੋਂ ਅੱਗੇ ਟੁਰਨਾ ਹੀ ਨਹੀਂ ਹੈ। ਮੈਨੂੰ ਅਰਦਾਸ ਵਿੱਚ ਕੁਛ ਪੰਕਤੀਆਂ ਵੀ ਬੋਲਣੀਆਂ ਆਉਂਦੀਆਂ, ਬਸ ਵਾਹ ਜੀ ਵਾਹ, ਮੈਨੂੰ ਵਾਕ ਸੋਹਣਾ ਲੈਣਾ ਆਉਂਦਾ, ਜਾਂ ਮੈਨੂੰ ਕੀਰਤਨ ਕਰਨਾ ਆਉਂਦਾ, ਜਾਂ ਮੈਨੂੰ ਇਹ ਆਉਂਦਾ, ਜਾਂ ਮੈਨੂੰ ਦਰੀਆਂ ਝਾੜਨੀਆਂ ਆਉਂਦੀਆਂ, ਇਹ ਸਭ ਕੁਛ ਮੈਂ ਕਰਦਾ। ਇਹ ਗੁਰੂ ਨੇ ਨਹੀਂ ਮਨਾ ਕੀਤਾ, ਅਸੀਂ ਇਹ ਕੰਮ ਛੋੜਨੇ ਨਹੀਂ ਹਨ, ਪਰ ਉਹ ਕਰਦੇ ਹਾਂ ਸਿਰਫ ਕਿਸੇ ਤਰੀਕੇ ਨਾਲ। ਕੋਈ ਕਾਰਡ ਚੱਲ ਗਿਆ, ਵਾਹ ਵਾਹ ਹੋ ਗਈ, ਲੋਕਨ ਕੀ ਚਤਰਾਈ ਉਪਮਾ 'ਚ ਧਾਰਮਿਕ ਦੁਨੀਆ 'ਚ ਮੈਂ ਵੀ ਹਮ ਫਸੇ ਰਹਿਤੇ ਹੈ, ਅਤੇ ਹੈ ਹੀ ਉਹਨਾਂ ਵਾਸਤੇ। ਲੋਕਨ ਕੀ ਚਤਰਾਈ ਉਪਮਾ। ਇਹ ਰਸਤੇ 'ਚ ਆ ਰਹੇ ਸਾਂ, ਸੁਨਿਆਰੇ ਦੀ ਦੁਕਾਨ ਦੇਖ ਰਿਹਾ ਸੀ ਮੈਂ। ਸੁਨਿਆਰਾ ਜਿਤਨੀ ਮਰਜ਼ੀ ਮਿਲਵਰਤਨ ਕਰ ਲਵੇ ਆਪਣੀ ਦੁਕਾਨ 'ਤੇ, ਪਰ ਉਸਨੂੰ ਬਾਹਰੋਂ ਬਹੁਤ ਜ਼ਿਆਦਾ ਸਜਾਉਣੀ ਪੈਂਦੀ ਹੈ, ਕਿਉਂਕਿ ਪਬਲਿਕ ਉਹਦੇ ਨਾਲ ਹਿਪਨੋਟਾਈਜ਼ ਹੁੰਦੀ ਹੈ। ਪਰ ਜੇ ਸੁਨਿਆਰਾ ਆਪਣੀ ਦੁਕਾਨ ਨੂੰ ਡੈਕੋਰੇਟ ਨਾ ਕਰੇ, ਉਸਨੂੰ ਬਹੁਤ ਢੰਗ ਦੇ ਨਾਲ ਸਜਾ ਕੇ ਲਸ਼ਕ ਅਤੇ ਗਲੈਮਰ ਉਹਦੇ ਵਿੱਚ ਪੈਦਾ ਨਾ ਕਰੇ, ਪਰ ਤੁਹਾਨੂੰ 24 ਕੈਰੇਟ ਗੋਲਡ ਦਾ ਗੋਲਡ ਬਣਾ ਕੇ, ਜੁਐਲਰੀ ਬਣਾ ਕੇ ਦੇਵੇ, ਕਦੀ ਵੀ ਅਸੀਂ ਉਸ ਦੁਕਾਨ 'ਤੇ ਨਹੀਂ ਵੜਾਂਗੇ। ਕਿਉਂ? ਸੁਨਿਆਰੇ ਨੇ, ਉਹਨੂੰ ਪਤਾ ਹੈ ਕਿ ਲੋਕਨ ਕੀ ਚਤਰਾਈ ਉਪਮਾ ਵਾਲੇ ਲੋਕ ਨੇ, ਇਹਨਾਂ ਨੂੰ ਬਾਹਰੋਂ ਬਾਹਰੋਂ ਦਿਖਾ ਕੇ ਫਿਰ ਜਿਤਨਾ ਮਰਜ਼ੀ ਲੁੱਟ ਲਓ।
ਇਸ ਕਰਕੇ ਗਲੈਮਰਸ ਦੁਨੀਆ ਦਾ ਰਿਵਾਜ਼ ਹੈ ਅਤੇ ਅਸੀਂ ਵੀ ਉਹਦੇ 'ਚ ਫਸੇ ਹੋਏ ਹਾਂ। ਗਲੈਮਰਸ ਦੁਨੀਆ ਦਾ ਰਿਵਾਜ਼ ਹੈ ਇਸ ਕਰਕੇ ਅਸੀਂ ਦੂਸਰਿਆਂ ਤੋਂ ਕੰਪੈਰੀਜ਼ਨ 'ਚ ਦਿਖਾਉਂਦੇ ਹਾਂ ਕਿ ਅਸੀਂ ਅੱਜ ਗੁਰਪੁਰਬ ਮਨਾਇਆ, ਜੇ ਉਹਨਾਂ ਨੇ 1 ਲੱਖ ਸੇਬ ਵਰਤਾਏ ਸੀ ਅਸੀਂ 2 ਲੱਖ ਸੇਬ ਵਰਤਾਏ, ਜੇ ਉਹਨਾਂ ਨੇ ਇਤਨੀ ਆਤਿਸ਼ਬਾਜ਼ੀ ਛੱਡੀ ਸੀ, ਇਤਨੀ ਲਾਈਟਾਂ ਦਿਖਾਈਆਂ, ਅਸੀਂ ਇਤਨੀਆਂ ਸਾਰੀਆਂ ਲਾਈਟਾਂ ਦਿਖਾਈਆਂ, ਜੇ ਉਹਨਾਂ ਨੇ 50 ਘੋੜੇ ਮੰਗਾਏ ਸੀ ਅਸੀਂ 1000 ਘੋੜੇ ਹਾਥੀ ਮੰਗਾਏ। ਓਨਲੀ ਲੋਕਨ ਕੀ ਚਿਤਰਾਈ ਉਪਮਾ, ਦਿਖਾਵਾ। ਪਰ ਰੱਬ ਜੀ ਦੇ ਪੱਲੇ ਅਸੀਂ ਨਹੀਂ ਲੱਗ ਸਕਦੇ ਹਾਂ। ਰੱਬ ਜੀ ਦੇ ਪੱਲੇ ਕਿਵੇਂ ਲੱਗ ਸਕਦੇ ਹਾਂ? ਪੜ੍ਹਦੇ ਹਾਂ ਇੱਕ ਸ਼ਬਦ। ਉਸਤਤ ਨਿੰਦਾ ਨਾਨਕ ਜੀ, ਉਸਤਤ ਨਿੰਦਾ ਨਾਨਕ ਜੀ, ਪੱਲੇ ਤੈਂਡੇ ਲਾਗੀ ਤੂੰ, ਪੱਲੇ ਤੈਂਡੇ ਲਾਗੀ, ਪੱਲੇ ਤੈਂਡੇ ਲਾਗੀ ਤੂੰ, ਪੱਲੇ ਤੈਂਡੇ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲਾਗੀ, ਹੱਬੇ ਸਾਗ ਕੁੜਾਵੇ ਡਿੱਠੇ ਤੋ ਪੱਲੇ ਕਿਛ ਤਿਆਗੀ ਛੋ
ਛੋੜਿਆ ਹੱਬ ਕਿਛ ਤਿਆਗੀ ਤਉ ਪੱਲੇ ਤੈਂਡੈ ਲਾਗੀ ਤਉ ਪੱਲੇ ਤੈਂਡੈ ਲਾਗੀ ਤਉ ਪੱਲੇ ਤੈਂਡੈ ਲਾਗੀ ਤਉ ਪੱਲੇ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਹੱਬ ਕਿਛ ਤਿਆਗੀ ਇਹ ਸ਼ਬਦ ਅਸੀਂ ਸਿਰਫ ਆਨੰਦ ਕਾਰਜ 'ਤੇ ਗਾ ਕੇ ਜਲਦੀ ਜਲਦੀ ਚਲੇ ਜਾਂਦੇ ਹਾਂ ਪਰ ਉਸਤਤ ਨਿੰਦਾ ਨੂੰ ਤਾਂ ਮੈਂ ਆਪਣੇ ਰਿਸ਼ਤੇਦਾਰ ਸਮਝਿਆ ਹੋਇਆ ਉਸਤਤ ਨਿੰਦਰ ਤਾਂ ਮੇਰੇ ਅਸਲੀ ਮਿੱਤਰ ਨੇ ਤਾਂ ਲੋਕਨ ਕੀ ਚਿਤਰਾਈ ਉਪਮਾ 'ਚ ਮੈਂ ਫਸਿਆ ਹੋਇਆ ਉਸਤਤ ਨਿੰਦਾ ਨੂੰ ਮੈਂ ਆਪਣੇ ਸਾਕ ਸੰਬੰਧੀ ਬਣਾਇਆ ਹੋਇਆ ਹੱਬੇ ਸਾਕ ਕੁੜਾਵੇ ਡਿੱਠੇ ਦੇ ਅਰਥ ਕੀਤੇ ਜਾਂਦੇ ਨੇ ਜੀ ਇਹ ਕੁੜੀ ਆਪਣੇ ਘਰੋਂ ਵਿਆਹ ਕੇ ਮੁੰਡੇ ਦੇ ਘਰ ਆ ਗਈ ਹੈ ਹੁਣ ਇਹਦੇ ਪੇਕੇ ਵਾਲੇ ਸਾਰੇ ਸਾਕ ਕੂੜੇ ਇਹ ਅਰਥ ਕੀਤੇ ਜਾਂਦੇ ਨੇ ਆਈ ਐਮ ਸੋਰੀ ਪਾਉਂਦੇ ਨਹੀਂ ਇਹਨੇ ਅਰਥ ਕਿਉਂ ਕੁੜੀ 25 ਸਾਲ ਜਾਂ 20 ਸਾਲ ਜਾਂ 30 ਸਾਲ ਆਪਣੇ ਪੇਕੇ ਰਹਿ ਕੇ ਆਈ ਹੁਣ ਉਹ ਪੇਕੇ ਵਾਲੇ ਨੂੰ ਕੁੜਾਵੇ ਕਿਉਂ ਸਮਝੇ ਕਿਉਂਕਿ ਇੱਥੇ ਤੁਸੀਂ ਦਾਜ ਜਾਂ ਦਾਜ ਦੇ ਕਾਰਨ ਉਹਨੂੰ ਸਤਾਉਣਾ ਉਹ ਆਪਣੇ ਮਾਂ ਪਿਓ ਨੂੰ ਕਿਉਂ ਕੁੜਾਵੇ ਸਮਝੇ ਉਹਦੇ ਮਾਂ ਪਿਓ ਜਿਨ੍ਹਾਂ ਨੇ ਪੈਦਾ ਕੀਤਾ ਹੈ ਬਾਇਓਲੋਜੀਕਲੀ ਪਿਆਰ ਹੈ ਉਹਨਾਂ ਦੇ ਨਾਲ ਮਾਂ ਪਿਓ ਦੇ ਨਾਲ ਗੱਲਬਾਤ ਕਿਉਂ ਨਾ ਕਰਿਆ ਕਰੇ ਮਾਂ ਪਿਓ ਜੇਕਰ ਮਨ ਮਤ ਨਾਲ ਜੋੜਦੇ ਨੇ ਤਾਂ ਤਾਂ ਮੁੰਡੇ ਦੇ ਮਾਂ ਪਿਓ ਵੀ ਗਲਤ ਹਨ ਜੇ ਕੁੜੀ ਦੇ ਮਾਂ ਪਿਓ ਜੋੜਦੇ ਨੇ ਤਾਂ ਉਹ ਵੀ ਗਲਤ ਹਨ ਪਰ ਮਾਂ ਪਿਓ ਦੇ ਸਾਕ ਸੰਬੰਧੀਆਂ ਨੂੰ ਕੁੜਾਵੇ ਨਹੀਂ ਕਿਹਾ ਗਿਆ ਹੱਬੇ ਸਾਕ ਕੁੜਾਵੇ ਡਿੱਠੇ ਮੈਂ ਜਿਹੜੇ ਉਸਤਤ ਨਿੰਦਾ ਦੇ ਮਿੱਤਰ ਬਣਾ ਕੇ ਬੈਠੀ ਸਾਂ ਨਾ ਇਹ ਮੇਰੇ ਵਾਸਤੇ ਕੁੜਾਵੇ ਹੋ ਗਏ ਨੇ ਇਸੇ ਕਰਕੇ ਤਾਂ ਤਬ ਹਮ ਸ਼ਰਨ ਜਬ ਹਮ ਔਰ ਅਬ ਹਮ ਵਾਲੀ ਗੱਲ ਸਮਝ ਆਏਗੀ ਕਿ ਮੈਂ ਇਹਨਾਂ ਨੂੰ ਮਿੱਤਰ ਸਮਝਦੀ ਸਾਂ ਤੇਰੇ ਨਾਲ ਪੱਲਾ ਜੋੜ ਹੀ ਨਹੀਂ ਸਕੀ ਮੈਂ